गैंगस्टर गोल्डी बराड़ के साथियों के टिकाणे ते अज पंजाब पुलिस वालों दबिश दी गई है। पूरे पंजाब च यह दबिश दी गई है। अमृतसर पुलिस, अमृतसर देहाती की पुलिस वालों भी उन्होंने टिकाणे ते दबिश दी गई है। गल करने हैं साढ़े नाल जुगराज सिंह जी SPD ने। सर, अज गोल्डी बराड़ के साथियों के टिकाणे ते रेड की गई है, किस तरह का रहा जी सवेर तो हूँ तक? देखो, अज सवेरे 5 बजे तो करीब साड़ियां टीमां जिहड़ियां उह एसोसिएट्स दे उत्ते रेड कर रही सी, और अज दी जिहड़ी साड़ी स्कॉटलैंड सर्च ऑपरेशन सीगा इह बहुत ही सक्सैसफुल रहा, और काफ़ी सारी इहदे विच सानू नवीं इनफॉर्मेशन जिहड़ी उह मिली है, और नवीं इनफॉर्मेशन दे नाल नाल काफ़ी सारे नवें हाइड आउट्स इन्हां दे जिहड़े उह साडे ध्यान दे विच आए ने, और मैं समझदा कि इह इक वड्डी कामयाबी होएगी, क्योंकि ये जिहड़ियां चीज़ां ने जिहड़े ये नवें लिंक ने नवें हाइड आउट्स ने ये लीड कर रहे ने सानू इक ਵੱਡੇ ਰੈਕਟ ਨੂੰ ਬਸਟ ਕਰਨ ਦੇ ਵਿੱਚ, ਔਰ ਕਾਫੀ ਮਦਦ ਸਾਨੂੰ ਇਸ ਚੀਜ਼ ਦੇ ਵਿੱਚ ਮਿਲੀ ਹੈ, ਔਰ ਮੈਂ ਸਮਝਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦ ਇੱਕ ਵੱਡਾ ਰੈਕਟ ਇਹਦੇ ਵਿੱਚ ਬਸਟ ਕੀਤਾ ਜਾਏਗਾ। ਅਜੇ ਤੱਕ ਜਿਹੜੀ ਅਸੀਂ ਪੰਜਾਬ ਇਨੀ ਦਿਨੀ ਸਿਹਤ ਕ੍ਰਾਂਤੀ ਤੋਂ ਗੁਜ਼ਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਕਲਪ ਹੈ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਸਿਹਤ ਸੇਵਾਵਾਂ ਮਿਲਣ। ਨਤੀਜਾ, 1 ਸਾਲ ਵਿੱਚ 664 ਆਮ ਆਦਮੀ ਕਲੀਨਿਕਾਂ ਦਾ ਨਿਰਮਾਣ। ਪਿਛਲੇ 1 ਵਰੇ ਤੋਂ 50 ਲੱਖ ਲੋਕਾਂ ਨੇ ਇਸ ਸੇਵਾ ਦਾ ਫਾਇਦਾ ਚੁੱਕਿਆ। तकरीबन 30 करोड़ दियां मुफ्त दवाइयां दित्तियां गईयां अते करोड़ां रुपयां दे मुफ्त टेस्ट कीते गए। साडा संकल्प सेहतमंद पंजाब। रेड कीती है, पूरे पंजाब च चल रही है, क्या हजे तक कुछ इस तों इलावा कुछ मिलिया है, कुछ उन्हां नूं सानूं इस तरह दी इनफॉर्मेशन, क्योंकि गोल्डी बराड़ दे साथी, गोल्डी बराड़ ते आप नहीं है इत्थे पर उहदे साथी जिहड़े ने कुछ जेल च बंद से, कुछ जेल चों छुट के आए ने, जमानत दे उत्ते ने? देखो, इहदे विच काफ़ी सारे बंदे इदां दे सीगे जिहड़े जमानत ते बाहर आए हुए सीगे, और उहनां नूं जिहड़ा हैगा उह रैगूलर चैक किया जा रहा सी, बट फिर एक वारी दुबारा जदों उहनां नूं चैक किया गया तो उहनां दे कोलों सानूं काफ़ी कुछ मिलिया, और रिकवरीज भी होईयां ने, इनफॉर्मेशन जिहड़ी रिकवर हुई आ उह अहम रोल हैगा इहदे विच, और क्योंकि अजे रेड साडी कंटिन्यू चल रही हैगी आ, ईवनिंग तक चलनी हैगी, सो बाय द ईवनिंग असीं तुहानूं इहदे विच प्रॉपर एक पूरा नोट बना के देवोंगे किहड़ी किहड़ी चीज़ की रिकवरी हुई है, और मैं समझदा कि ये जिहड़ी एक्सरसाइज हैगी है ये बड़े रूटीन दे विच होनी चाहिए है, जिवें कि पिछले कुछ समय तो असीं लगातार इहनूं कर रहे हैं, रैंडम चैकिंग्स हो रही ने, सरप्राइज़ कोऑर्डिनेट सर्च ऑपरेशन्स हो रहे हैं, सो इस चीज़ का बहुत वधिया बेनीफिट सानूं मिल रहा है। ਜਿਹੜਾ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਗੈਂਗਸਟਰਾਂ ਨੇ ਵੀ ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ, ਹਥਿਆਰ ਬਣਾ ਕੇ ਯੂਜ਼ ਕਰ ਰਹੇ ਨੇ, ਕਿਆ ਉਹਦੇ ਵਿੱਚ ਵੀ ਸਾਨੂੰ ਕੁਝ ਇਹੋ ਜਿਹਾ ਇਨਪੁੱਟ ਮਿਲੀ ਹੈ ਕਿ ਅਸੀਂ ਉਹਦੇ 'ਚ ਕੁਝ ਹੋਰ ਬੰਦਿਆਂ, ਨਵੇਂ ਬੰਦਿਆਂ ਨੂੰ ਟਰੇਸ ਕਰ ਲਿਆ? ਬਿਲਕੁਲ ਜੀ, ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕਿਉਂਕਿ ਅੱਜ ਕੱਲ੍ਹ ਜਿਹੜਾ ਜਿੰਨਾ ਵੀ ਕ੍ਰਾਈਮ ਹੋ ਰਿਹਾ ਆ ਉਹਦੇ ਵਿੱਚ ਸੋਸ਼ਲ ਮੀਡੀਆ ਇੱਕ ਅਹਿਮ ਪਾਰਟ ਰੋਲ ਕਰ ਰਿਹਾ, ਔਰ ਮੈਂ ਸਮਝਦਾ ਕਿ ਸੋਸ਼ਲ ਮੀਡੀਆ ਨੂੰ ਜਦੋਂ ਤੱਕ ਅਸੀਂ ਕ੍ਰੈਕ ਨਹੀਂ ਕਰਾਂਗੇ ਉਦੋਂ ਤੱਕ ਕਿਸੇ ਵੀ ਓਪਰੇਸ਼ਨ ਨੂੰ ਜਿਹੜਾ ਸਕਸੈਸਫੁਲ ਬਣਾਉਣ ਦੇ ਵਿੱਚ ਸਾਨੂੰ ਜਿਹੜੀ ਉਹ ਦਿੱਕਤ ਆਉਂਦੀ ਹੈ, ਬਟ ਸਾਡੇ ਕੋਲ ਇਹਦੇ ਵਿੱਚ ਸਪੈਸ਼ਲ ਵਿੰਗ ਅਸੀਂ ਤਿਆਰ ਕੀਤੇ ਹੋਏ ਨੇ ਜਿਹੜੇ ਸੋਸ਼ਲ ਮੀਡੀਆ ਨੂੰ ਕ੍ਰੈਕ ਕਰ ਰਹੇ ਨੇ, ਸਪੈਸ਼ਲ ਟੀਮਾਂ ਇਹਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਦੇ ਵਿੱਚ, ਜਿਹੜੀਆਂ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਨੂੰ ਹੀ ਮੋਨੀਟਰ ਕਰ ਰਹੀਆਂ ਨੇ, ਉਹ ਵੱਖ ਵੱਖ ਜਿਹੜੇ ਚੈਨਲ ਹੈਗੇ ਨੇ ਉਹਨਾਂ ਦੇ, ਕੋਈ ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਜਾਂ ਅਦਰ ਦੈਨ ਦੈਟ ਜਿਹੜੀਆਂ ਵੀ ਇੱਦਾਂ ਦੇ ਨਾਲ ਦੇ ਕੋਈ ਵੀ ਸੋਸ਼ਲ ਮੀਡੀਆ ਦੇ ਚੈਨਲਸ ਹੈਗੇ ਨੇ, ਉਹਨਾਂ ਸਾਰਿਆਂ ਦੇ ਉੱਤੇ ਮੋਨੀਟਰਿੰਗ ਸਾਡੀ ਰੈਗੂਲਰ ਚੱਲ ਰਹੀ ਹੈ, ਔਰ ਉੱਥੋਂ ਸਾਨੂੰ ਕਾਫੀ ਇਨਫੋਰਮੇਸ਼ਨ ਜਿਹੜੀਆਂ ਨੇ ਉਹ ਮਿਲਦੀਆਂ ਨੇ। ਜੀ, ਟਾਰਗੇਟ ਤਾਂ ਗੋਲਡੀ ਬਰਾਡ ਸੀਗੀ, ਕਿਆ ਅੱਜ ਦੀ ਰੇਡ ਦੇ ਵਿੱਚ ਕੁਝ ਹੋਰ ਸਾਥੀ, ਕਿਸੇ ਹੋਰ ਗੈਂਗ ਦੇ ਸਾਥੀ ਵੀ ਮਿਲੇ, ਜਾਂ ਹੋਰ ਕੁਛ ਪਤਾ ਚੱਲ ਪਾਇਆ ਉਹਨਾਂ ਬਾਰੇ ਜਿਹੜੇ ਕਿਸੇ ਹੋਰ ਨਾਲ ਵੀ ਇਨਵੋਲਵ? ਜੀ ਜੀ ਬਿਲਕੁਲ, ਕਿਉਂਕਿ ਇਹ ਸਾਰੇ ਆਪਸ ਵਿੱਚ ਇੰਟਰਲਿੰਕਡ ਹੈਗੇ ਨੇ, ਸੋ ਜਦੋਂ ਅਸੀਂ ਕਿਸੇ ਇੱਕ ਪਰਟੀਕੂਲਰ ਜ਼ੋਨ ਨੂੰ ਟੱਚ ਕਰਦੇ ਹਾਂ ਤਾਂ ਉਹਦੇ ਵਿੱਚੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਉਹ ਡੈਫੀਨੇਟਲੀ ਇਹਨਾਂ ਦੇ ਜਿਹੜੇ ਇੰਟਰਲਿੰਕਸ ਹੁੰਦੇ ਨੇ ਉਹਨੂੰ ਉਹ ਸਾਡੇ ਸਾਹਮਣੇ ਆਉਂਦੇ ਨੇ, ਔਰ ਅੱਜ ਦੀ ਇਸ ਰੇਡ ਦੇ ਵਿੱਚ ਵੀ ਇੱਦਾਂ ਦੇ ਸਾਡੇ ਕੋਲ 3-4 ਲਿੰਕਸ ਆਏ ਨੇ ਜਿਹੜੇ ਆਪਸ ਵਿੱਚ ਇਹਨਾਂ ਦੇ ਜਿਹੜੇ ਕਨੈਕਸ਼ਨ ਨੇ ਉਹਨਾਂ ਨੂੰ ਸਾਬਤ ਕਰਦੇ ਨੇ। ਸ਼ੁਕਰੀਆ, ਥੈਂਕ ਯੂ। ਸੋ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SPD ਨੇ ਦੱਸਿਆ ਹੈ ਕਿ ਅੱਜ ਪੂਰੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਸਰਚ ਓਪਰੇਸ਼ਨ ਚਲਾਇਆ ਗਿਆ ਹੈ ਗੋਲਡੀ ਬਰਾੜ ਅਤੇ ਉਹਨਾਂ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਗੈਂਗਸਟਰਸ ਦੇ ਨਾਲ ਜਿਹੜੇ ਇਨਵੋਲਵ ਸਨ, ਜਿਹੜੇ ਜੇਲ੍ਹ 'ਚੋਂ ਵੀ ਛੁੱਟ ਕੇ ਆਏ ਹੋਏ ਨੇ ਔਰ ਉਹਨਾਂ ਦੇ ਨਾਲ ਰਾਬਤਾ ਰੱਖਦੇ ਨੇ, ਉਹਨਾਂ ਦੇ ਚੈਕਿੰਗ ਕੀਤੀ ਗਈ ਹੈ, ਉਹਨਾਂ ਦੇ ਟਰੇਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿਹੜਾ ਗੈਂਗਸਟਰਾਂ ਤੋਂ ਇਲਾਵਾ ਹੋਰ ਜਿਹੜੇ ਦੂਸਰੇ ਗੈਂਗਸਟਰ ਆ ਜਿਹੜੇ ਇੰਟਰਲਿੰਕ ਨੇ ਇਹਨਾਂ ਦੇ ਨਾਲ, ਉਹ ਵੀ ਕਈ ਅੱਜ ਸੁਰਾਖ ਦਿਹਾਤੀ ਪੁਲਿਸ ਨੂੰ ਮਿਲੇ ਨੇ, ਜਿਹਦਾ ਖੁਲਾਸਾ ਜਲਦ ਹੀ ਕੀਤਾ ਜਾਏਗਾ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ।